ਵਾਹਿਗੁਰੂ। ਅੱਜ ਅਮਨਦੀਪ ਕੌਰ ਭੈਣ ਬਰਨਾਲੇ ਤੋਂ 6 ਮਹੀਨੇ ਤੋਂ ਟ੍ਰੀਟਮੈਂਟ ਲੈਣ ਤੋਂ ਬਾਅਦ ਵਾਪਸ ਆਪਣੇ ਘਰ ਜਾ ਰਹੀ ਹੈ। ਸੋ ਸੰਗਤ ਦਾ ਬਹੁਤ ਬਹੁਤ ਸਹਿਯੋਗ ਹੈ ਜੋ ਲਗਾਤਾਰ ਸੇਵਾ ਦੇ ਵਿੱਚ ਸਹਿਯੋਗ ਕਰ ਰਹੇ ਹੈ। ਭੈਣ ਨੂੰ ਸਪਾਈਨਲ ਕੋਰਡ ਇੰਜਰੀ ਹੋ ਰੱਖੀ ਸੀਗੀ ਪਿਛਲੇ 6 ਸਾਲ ਤੋਂ ਘਰ ਦੇ ਵਿੱਚ ਬੰਦ ਸੀਗੀ। ਬਹੁਤ ਡੂੰਘੇ ਭਿਆਨਕ ਜ਼ਖਮਾਂ 'ਚ ਆਈ ਸੀ ਔਰ ਅੱਜ ਇਹ ਠੀਕ ਹੋ ਕੇ ਜਾ ਰਹੀ ਹੈ। ਤੁਹਾਡੀ ਸੇਵਾ ਸਹਿਯੋਗ ਸਦਕਾ ਜ਼ਿਲ੍ਹਾ ਮੋਹਾਲੀ ਦੇ ਵਿੱਚ ਸਾਰੀ ਸੇਵਾਵਾਂ ਚੱਲ ਰਹੀਆਂ ਨੇ। ਤੁਹਾਡੇ ਸਾਥ ਦੀ ਹਮੇਸ਼ਾ ਲੋੜ ਰਹਿੰਦੀ ਹੈ। ਸੰਗਤ ਨੂੰ ਹਮੇਸ਼ਾ ਬੇਨਤੀਆਂ ਨੇ ਵੱਧ ਚੜ੍ਹ ਕੇ ਇਹਦੇ ਵਿੱਚ ਸਹਿਯੋਗ ਕਰੋ। ਬਹੁਤ ਸਾਰੀ ਜ਼ਿੰਦਗੀਆਂ ਭੈਣਾਂ ਦੀ ਬਚਾਉਣ ਦੇ ਵਿੱਚ ਲਗਾਤਾਰ ਸੇਵਾ ਸਹਿਯੋਗ ਚੱਲ ਰਿਹਾ। ਸੋ ਅੱਜ ਭੈਣ ਬੜੇ ਖੁਸ਼ ਹੋ ਕੇ ਵਾਪਸ ਜਾ ਰਹੀ ਹੈ। ਭੈਣ ਕਿਵੇਂ ਲੱਗ ਰਿਹਾ ਅੱਜ? ਬੜੇ ਖੁਸ਼ ਲੱਗ ਰਹੇ ਹੋ? 6 ਮਹੀਨੇ ਬਾਅਦ ਘਰ ਚੱਲੇ ਹੋ? ਹਾਂਜੀ, 6 ਮਹੀਨੇ ਬਾਅਦ ਘਰ ਚੱਲੇ। ਚਲੋ ਸ਼ੁਕਰ ਹੈ। ਹੁਣ ਸਾਰੀ ਜਾਣਕਾਰੀਆਂ ਮਿਲ ਚੁੱਕੀਆਂ ਨੇ, ਹਨਾ? ਹਾਂਜੀ, ਹੁਣ ਸਮਝ ਹੈ। ਹਾਂਜੀ, ਸਮਝ ਆ ਗਈ। ਹਾਂਜੀ, ਨਿਸ਼ਚੈ ਕਰ ਲਓ, ਨਿਸ਼ਚੈ। ਸੋ ਵਾਹਿਗੁਰੂ, ਇਹ ਸਾਰੀ ਸੇਵਾਵਾਂ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਚੱਲਦੀਆਂ ਨੇ। ਹੁਣ ਜਦ ਭੈਣ ਆਈ ਸੀਗੀ ਜਦ ਤਾਂ ਇਹ ਮਲ ਮੂਤਰ ਦਾ ਤਿਆਗ ਤੋਂ ਲੈ ਕੇ ਮਤਲਬ ਟੋਟਲੀ ਡਿਪੈਂਡੈਂਟ ਸੀਗੀ ਆਪਣੇ ਘਰਦਿਆਂ ਦੇ ਉੱਪਰ, ਬਟ ਹੁਣ ਇਹ ਟੋਟਲੀ ਇੰਡੀਪੈਂਡੈਂਟ ਹੋ ਕੇ ਚੱਲੀ ਹੈ। ਸਾਰਾ ਸੇਵਾ ਸਹਿਯੋਗ ਆਪਣੀ ਸਾਫ਼ ਸਫਾਈ ਤੋਂ ਲੈ ਕੇ, ਆਪਣੇ ਰੋਜ਼ ਦੀ ਕਿਰਿਆ ਤੋਂ ਲੈ ਕੇ ਔਰ ਬਾਕੀ ਸਾਰੇ ਸੇਵਾ ਕਾਰਜ ਇਹ ਆਪ ਕਰ ਸਕਦੀ ਹੈ ਨਾ। ਸੋ ਇਹ ਸੰਗਤ ਦੇ ਸਹਿਯੋਗ ਦੇ ਨਾਲ ਪੋਸੀਬਲ ਹੋ ਪਾਉਂਦਾ। ਤੁਸੀਂ ਆਪਣੀ ਸੇਵਾਵਾਂ ਜ਼ਰੂਰ ਨਿਭਾਉਂਦੇ ਰਹੋ, ਵੀਡੀਓਜ਼ ਨੂੰ ਲਗਾਤਾਰ ਸ਼ੇਅਰ ਕਰਦੇ ਰਹੋ। ਇਹ ਬਹੁਤ ਜ਼ਿਆਦਾ ਜ਼ਰੂਰੀ ਸੇਵਾ ਹੈ। ਇਹ ਔਨਲਾਈਨ ਸੇਵਾ ਤੁਹਾਡੀ ਬਹੁਤ ਸਾਰੀ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਿੱਧਾ ਸਹਿਯੋਗ ਕਰ ਰਹੀਆਂ ਨੇ। ਬਟ ਤੁਹਾਨੂੰ ਇਹੀ ਤਾਂ ਹੀ ਵਾਰ ਵਾਰ ਬੇਨਤੀਆਂ ਕਰਦੇ ਹਾਂ ਕਿ ਕਿਰਪਾ ਕਰਕੇ ਵੀਡੀਓ ਜ਼ਰੂਰ ਸ਼ੇਅਰ ਕਰਦੇ ਰਹੋ ਨਾ। ਹਰੇਕ ਸ਼ੇਅਰ ਆਪਣੇ ਆਪ 'ਚ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਤੁਹਾਡਾ ਹਰੇਕ ਸ਼ੇਅਰ ਬਹੁਤ ਵੈਲਿਊਏਬਲ ਹੈ, ਬਹੁਤ ਜ਼ਿਆਦਾ ਜ਼ਰੂਰੀ ਹੈ। ਸੰਗਤ ਰੂਪ ਦੇ ਵਿੱਚ ਤੁਸੀਂ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਿੱਧਾ ਸਹਿਯੋਗ ਕਰਦੇ ਹੋ। ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀਡੀਓ ਸ਼ੇਅਰ ਕਰਨ ਲਈ।